ਮਾਰਕੀਟ ਕਮੇਟੀ ਦੇ ਇਲੈਕਸ਼ਨ ਤੋਂ ਪਹਿਲਾਂ ਬਾਲਾ ਜੀ ਤੁਹਾਡੇ ਨਾਲ ਖਿਤਾਬ ਕਰਨਗੇ। ਮੇਰੇ ਭਾਈਓ, ਅੱਲਾ ਬਖਸ਼ੇ, ਕੱਲ ਮੇਰੇ ਉਸਤਾਦ ਮੋਹਤਰਮ ਹਾਜੀ ਨੇਕ ਮੁਹੰਮਦ ਅਲ ਮਰੂਫ ਅੱਬਾ ਵੱਡਾ ਜੀ ਧੱਜੇ ਦੀ ਸਮਾਧ ਕਰ ਮੰਦਿਰ ਸੇ ਪਹਿਲੇ ਹਾਜੀ ਸਾਹਿਬ ਕੇ ਆਖਰੀ ਆਖਰੀ ਅਲਫਾਜ ਯੇ ਥੇ ਕਿ ਪੁੱਤਰ ਮੁਹੰਮਦ ਇਕਬਾਲ, ਮੁਝੇ ਤੁਮ ਪਰ ਪੂਰਾ ਇਤਮਾਦ ਹੈ। ਅਬ ਮੁਝੇ ਨਹੀਂ ਮਾਲੂਮ ਕਿ ਮੈਂ ਉਨਕੇ ਇਤਮਾਦ ਪਰ ਕਹਾਂ ਤੱਕ ਪੂਰਾ ਉਤਰਤਾ ਹੂੰ, ਮਗਰ ਇੱਕ ਵਾਰ ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਮੈਨੇ ਹਾਜੀ ਸਾਹਿਬ ਕੀ ਕਬਰੇ ਮੁਬਾਰਕ ਪਰ ਹਾਥ ਰੱਖ ਕਰ ਯੇ ਆਸ ਲਿਆ ਥਾ ਕਿ ਜਬ ਤੱਕ ਇਸ ਮੁਲਕ ਸੇ ਚੋਰੀ, ਰਿਸ਼ਵਤਖੋਰੀ, ਬਦਮਾਸ਼ੀ, ਅਰਿਆਨੀ, ਫਹਾਸ਼ੀ, ਕਤਲੋ ਗਰਮ ਤੇਰੀ ਕੋ ਖਤਮ ਨਹੀਂ ਕਰ ਦੂੰਗਾ, ਮੈਂ ਚੈਨ ਕੀ ਜ਼ਿੰਦਗੀ ਬਸਰ ਨਹੀਂ ਕਰੂੰਗਾ, ਚਾਹੇ ਇਸ ਕੇ ਲੀਏ ਮੁਝੇ ਆਪਣੀ ਜਾਨ ਕੀ ਕੁਰਬਾਨੀ ਹੀ ਕਿਉਂ ਨਾ ਦੇਣੀ ਪੜੇ। ਬਾਕੀ ਸਾਰੇ ਡੈਂਗ ਡੈਂਗ ਬੋਲੋ, ਬਾਕੀ ਸਾਰੇ ਡੈਂਗ ਡੈਂਗ ਬਾਲਾ ਸਿੰਘ ਬਾਲਾ ਸਿੰਘ। ਬਸ ਦੀ ਬਸ ਨਾਰੇ ਕਮ ਲਗਾਏ, ਤਕਰੀਰ ਜ਼ਿਆਦਾ ਸੁਣੇ। ਅੱਲਾ ਕੇ ਫਜ਼ਲੋ ਕਰਮ ਸੇ ਆਜ ਬਦਾਮੀ ਬਾਗ ਇਸ ਮੁਲਕ ਕਾ ਮਖੂਸ ਤਰੀਨ ਇਲਾਕਾ ਬਣ ਚੁੱਕਾ ਹੈ। ਪਿਛਲੇ 6 ਮਹੀਨੋਂ ਸੇ ਯਹਾਂ ਪਰ ਨਾ ਕਿਸੀ ਬਸ ਔਰ ਟਰੱਕ ਪਰ ਗੋਲੀ ਚਲੀ ਔਰ ਨਾ ਹੀ ਕਿਸੀ ਦੁਕਾਨ ਕੋ ਆਗ ਲਗੀ। ਆਜ ਪਾਲੇ ਕੇ ਪਰੋਂ ਕੇ ਨੀਚੇ ਆਣੇ ਵਾਲੇ ਐਸੇ ਹੀ ਮਹਿਫੂਜ਼ ਹੈ ਜੈਸੇ ਕੁਕੜੀ ਕੇ ਪਰੋਂ ਕੇ ਨੀਚੇ ਚੂਚੇ। ਅੱਜ ਤੇ ਹੋ ਗਈ ਬੋਲੋ, ਅੱਜ ਤੇ ਹੋ ਗਈ ਬੋਲੋ। ਬਸ ਵੀ ਕਹਿ ਦਿਆ ਨਾ, ਨਾਲੇ ਕੰਮ ਲਗਾਏ, ਤਕਰੀਰ ਜ਼ਿਆਦਾ ਸੁਣੇ। ਮਾਸ਼ਾਅੱਲਾ, ਅੱਲਾ ਕੇ ਫਜ਼ਲੋ ਕਰਮ ਸੇ ਹਮਾਰੀ ਕਾਰਕਰਦਗੀ ਕੋ ਦੇਖਤੇ ਹੋਏ ਦ ਪੀਪਲ ਆਰ ਕਮਿੰਗ ਫਰਮ ਆਲ ਓਵਰ ਦ ਕੰਟਰੀ ਟੂ ਮੀ। ਉਨਕਾ ਮੁਝਸੇ ਇੱਕ ਹੀ ਮੁਤਾਲਬਾ ਹੈ, ਮੇਰੇ ਪਾਸ ਬਹੁਤ ਲੋਗ ਆ ਰਹੇ, ਮੁਤਾਲਬਾ ਇਹ ਹੈ ਕਿ ਮੈਂ ਉਨਕੋ ਵੀ ਤਹਿਫ਼ੁਜ਼ ਫਰਾਹਮ ਕਰੂੰ, ਮਗਰ ਮੈਨੇ ਉਨਸੇ ਕਹਿ ਦਿਆ ਹੈ ਕਿ ਮੈਂ ਉਨਕੋ ਤਹਿਫ਼ੁਜ਼ ਫਰਾਹਮ ਨਹੀਂ ਕਰੂੰਗਾ। ਆਪ ਪੁੱਛੇਂਗੇ ਕਿਉਂ? ਇਸ ਲਈ ਕਿ ਅਲਹਮਦੁਲਿਲਾ ਮੈਂ ਇੱਕ ਡੈਮੋਕ੍ਰੇਟਿਕ ਹੂੰ। ਡੈਮੋਕ੍ਰੇਸੀ ਮੇਰਾ ਓਨਾ ਪੁਛੋਣਾ ਹੈ, ਮੇਰਾ ਬ੍ਰੈਡ ਐਂਡ ਬੈਡ ਹੈ। ਮੈਨੇ ਉਨਸੇ ਕਹਿ ਦਿਆ ਹੈ ਕਿ ਯੇ ਦਰਖਾਸਤ ਅਲਾਕਾ ਕੇ ਆਮ ਆਵਾਮ ਕੀ ਤਰਫ ਸੇ ਆਨੀ ਚਾਹੀਏ, ਯੇ ਉਨਕਾ ਜਮਹੂਰੀ ਹੱਕ ਹੈ। ਮਾਸ਼ਾਅੱਲਾ, ਯਹਾਂ ਮੈਂ ਦੇਖ ਰਹਾ ਹੂੰ ਬੜੇ ਬਾਗੋ ਬਹਾਰ ਸ਼ਖਸੀਅਤੇ ਮੌਜੂਦ ਹੈ, ਯਹਾਂ ਪਰ ਟਿੱਪੀ ਔਰ ਟਕਸਾਲੀ ਕੇ ਨੁਮਾਇੰਦੇ ਵੀ ਮੌਜੂਦ ਹੈ, ਜਿਨ ਕੋ ਦੇਖ ਕਰ ਮੇਰਾ ਦਿਲ ਖੁਸ਼ੀ ਸੇ ਬਾਗ ਬਾਗ ਹੋ ਗਿਆ। ਆਪ ਸਭ ਸੇ ਮੇਰਾ ਇੱਕ ਹੀ ਕੁਐਸਚਨ ਹੈ ਕਿ ਕਿਆ ਆਪ ਲੋਗ ਜ਼ੁਲਮ ਔਰ ਜ਼ਿਆਦਤੀ ਕੇ ਖਿਲਾਫ ਇਸ ਜਹਾਦ ਮੇਂ ਮੇਰੇ ਸਾਥ ਹੈਂ? ਬੋਲੋ। ਬਸ ਅਗਰ ਆਪ ਲੋਗ ਮੇਰੇ ਸਾਥ ਹੈ ਤੋ ਫਿਰ ਝਗੜਾ ਕਿਆ, ਖੁੱਲ ਖਿਲਾ ਕੇ ਵੱਜ ਕੱਟ ਕੇ ਇਸ ਜਹਾਦ ਮੇਂ ਮੇਰਾ ਸਾਥ ਦੇ। ਬਾਕੀ ਸਾਰੇ ਦਿਨ ਦਿਨ ਬੋਲੋ ਵੀ ਕਪੜੇ ਬ੍ਰੈਂਡਡ ਜੋ ਮੈਨੇ ਪਹਿਨ ਲਏ
हाथ दो, पाले का साथ दो।